ਸਮਝੀ ਹੋ ਸਕਦਾ ਵਾਕਈ ਹੀ ਜਿਹੜੋਂ ਦੀ ਸਿਹਤ ਠੀਕ ਨਾ ਰਹਿੰਦੀ ਹੋਵੇ ਆਪਾਂ ਕਿ ਆਸ ਲਗਾ ਰਹੇ ਆ ਹੋ ਸਕਦਾ ਵਾਕਈ ਜਿਹੜੋਂ ਦੀ ਸਿਹਤ ਠੀਕ ਨਾ ਨਹੀਂ ਸਿਹਤ ਲਾਉਣ ਲਈ ਜ਼ਿੰਮੇਵਾਰ ਦੇ ਜਿਹੜੀ ਪਦਵੀ ਹੈਗੀ ਆ ਮਾਫੀ ਤਾਂ ਨਾ ਉੱਥੇ ਡੰਡ ਤਾਂ ਨਹੀਂ ਲਾਉਣੇ ਹੁੰਦੇ ਬੈਠੇ ਦਬਾਅ ਤੋਂ ਕੰਮ ਲਿਆ ਪੰਡਿਤ ਇਤਨੇ ਇਮਦੀਆ ਬਾਣੀ ਆ ਧਰਮ ਪ੍ਰਚਾਰ ਕਰਨਾ ਧਰਮ ਦੀ ਅਕੀਦਤ ਦੇਖਣੀ ਹੈ ਗਲਤ ਫੈਸਲਾ ਲੇਤਾ ਆ ਅੱਜ ਤੋਂ 10 ਸਾਲ ਪਹਿਲਾਂ ਮੈਂ ਬੈਠਾ ਲੱਗਾ ਗਲਤ ਲੈ ਰਿਆ ਹੁਣੇ ਕੀ ਕਹਿ ਰਹੇ ਮੈਨੂੰ ਮੈਥੋਂ ਜਸਟੀਫਿਕੇਸ਼ਨ ਨਹੀਂ ਹੋਣੀ ਜਸਟੀਫਿਕੇਸ਼ਨ ਤਾਂ ਪਹਿਲਾਂ ਜਦੋਂ ਸਿਹਤ ਠੀਕ ਸੀ ਉਦੋਂ ਨੇ ਦਿੱਤੀ ਗਈ ਇਹਦੇ ਗੱਦੀ ਤੇ ਬੈਠ ਕੇ ਤੁਸੀਂ ਜੋ ਮਰਜ਼ੀ ਡਰਾਮੇ ਕਰਦੇ ਰਹੋ ਔਰੰਗਜ਼ੇਬ ਵੀ ਕਰਦਾ ਰਿਹਾ ਕਿ ਮੈਂ ਪੰਜ ਵਕਤ ਦਾ ਨਮਾਜ਼ੀ ਆ ਮੈਂ ਭੁੰਜੇ ਸੌਂਦਾ ਮੈਂ ਮਗਮਲਾ ਤਾਂ ਨਹੀਂ ਸੌਂਦਾ ਮੈਂ ਇਹ ਨਹੀਂ ਕਰਦਾ ਮਤਲਬ ਮੈਂ ਬਹੁਤ ਵੱਡਾ ਇਸਲਾਮੀ ਆ ਇਹੀ ਕੰਮ ਉਹ ਕਰਦਾ ਰਿਹਾ ਕਿ ਮੈਂ ਬੁੱਧ ਦਾ ਅਨੁਆਈ ਆ ਨਮਸਕਾਰ ਦਸ ਕੋ ਮੈਂ ਕਰਨ ਬੱਚੇਸ ਤੇ ਲੈ ਕੇ ਹਾਜ਼ਰਾਂ ਦੀ ਸ਼ਾਨ ਰਹੀ ਮੁੱਦੇ ਦੀ ਤੇ ਹਮੇਸ਼ਾ ਹੀ ਅਸੀਂ ਕਿਸੇ ਨਾ ਕਿਸੇ ਮੁੱਦੇ ਨੂੰ ਪੰਜਾਬ ਦੇ ਲੈ ਕੇ ਉਸ ਦੇ ਉੱਪਰ ਚਰਚਾ ਕਰਦੇ ਹਾਂ ਤੇ ਇਸ ਵਾਰ ਦਾ ਜੋ ਮੁੱਦਾ ਹੈ ਸ੍ਰੀ ਇਕਾਲ ਤਖਤ ਸਾਹਿਬ ਦੇ ਚੱਥੇਕਾਰ ਗੁਰਵਚਨ ਸਿੰਘ ਜੀ ਗੁਰਵਚਨ ਸਿੰਘ ਜੀ ਨੇ ਆਪਣੇ ਵੱਲੋਂ ਅਸਤੀਫਾ ਦੇ ਦਿੱਤਾ ਇਹ ਕਹਿ ਕੇ ਕਿ ਵੱਧਦੀ ਉਮਰ ਕਰਕੇ ਸਿਹਤ ਠੀਕ ਨਹੀਂ ਰਹਿੰਦੀ ਸੋ ਮੈਂ ਸੇਵਾਵਾਂ ਦੇਣ ਵਿੱਚ ਸਮਰਥ ਨਹੀਂ ਹਾਂ ਉਹਨਾਂ ਨੇ ਅਸਤੀਫਾ ਕਿਹੜੀਆਂ ਸਥਿਤੀਆਂ ਵਿੱਚ ਦਿੱਤਾ ਇਹ ਘੱਟ ਉਹਨੂੰ ਕੋਦ ਨੂੰ ਪਤਾ ਹੋਇਆਗਾ ਲੇਕਿਨ ਇਸ ਦੇ ਉੱਪਰ ਚਰਚਾ ਕਰਨ ਲਈ ਸਾਡੇ ਸਟੂਡੀਓ ਵਿੱਚ ਮੌਜੂਦ ਨੇ P4punjab.com ਦੇ ਮੁੱਖ ਸੰਪਾਦਕ ਸਰਦਾਰ ਗੁਰਮੀਂਦਰ ਸਿੰਘ ਸਾਹਮਣੇ ਜੋ ਕਿ ਸਿਆਸੀ ਮਾਹਿਰ ਵੀ ਨੇ ਪਿਛਲੇ ਲੰਬੇ ਸਮੇਂ ਤੋਂ ਪੱਤਰਕਾਰਤਾ ਨਾਲ ਜੁੜੇ ਹੋਏ ਨੇ ਤੇ ਨਾਲ ਹੀ ਸਿੱਖ ਧਰਮ ਦੇ ਉਪਰੋਂ ਦੀ ਲੰਬੀ ਸਰਚ ਹੈ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਗੁਰਮੀਂਦਰ ਸਿੰਘ ਜੀ ਜਿੱਦਾਂ ਕਿ ਮੈਂ ਸ਼ੁਰੂ ਵਿੱਚ ਜ਼ਿਕਰ ਕੀਤਾ ਤੁਸੀਂ ਸੁਣ ਹੀ ਲਿਆ ਹੋਣਾ ਜਥੇਦਾਰ ਗੁਰਵਚਨ ਸਿੰਘ ਜੀ ਜੋ ਕਿ ਪਿਛਲੇ 10 ਸਾਲਾਂ ਤੋਂ ਸੇਵਾ ਨਿਭਾ ਰਹੇ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਉਸ ਸਤੀਫਾ ਦੇ ਦਿੰਦਿਆਂ ਵਿੱਚ ਇਹ ਕਹਿ ਕੇ ਕਿ ਪੱਦੀ ਉਮਰ ਕਰਕੇ ਮੇਰੀ ਸਿਹਤ ਠੀਕ ਨਹੀਂ ਰਹਿੰਦੀ ਹੈ। ਅਸਤੀਫਾ ਦੇਣਾ ਕਿੰਨਾ ਤਰੀਕੇ ਨਾਲ ਸਹੀ ਸੀਗਾ? ਜਾ ਕੇ ਅਚਾਨਕ ਅਸਤੀਫਾ ਦਿੱਤਾ ਗਿਆ ਜਾਂ ਕੇ ਸੋਚੀ ਸਮਝੀ ਜਿਹੜੀ ਹੈਗੀ ਸਾਰੀ ਕਹਾਣੀ ਹੈ। ਇੱਕ ਕਹਾਵਤ ਹਨ ਜੀ ਕਹਿੰਦੇ 900 ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ ਆ। ਜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਜੋ ਗੱਦੀ ਆ ਸ਼ਰਮੌਰ ਆ ਬਹੁਤ ਸੁਪਰੀਮ ਆ ਬਹੁਤ ਪਵਿੱਤਰ ਜਗਾ ਜੀ ਔਰ ਉਸ ਦੇ ਉੱਪਰ ਅੱਜ ਤੋਂ 10 ਸਾਲ ਪਹਿਲਾਂ ਐਸਜੀਪੀਸੀ ਨੇ ਐਸਾ ਬੰਦਾ ਬਿਠਾਇਆ ਮਤਲਬ ਜਿਨੇ ਉਸ ਪਦ ਦੀ ਗਰਮਾ ਨੂੰ ਬਹੁਤ ਠੇਠਾ ਲੇ ਲਾ ਬੜਾ ਦੁੱਖ ਹੋਇਆ ਉਹ ਚਲਾ ਗਿਆ ਜੀ ਇਹ ਕਹਿ ਕੇ ਕਿ ਮੇਰੀ ਸੇਹ ਤੇ ਇਜਾਜ਼ਤ ਨਹੀਂ ਦਿੰਦੀ ਉਹਨੂੰ ਪੁੱਛੇ ਕਿ ਧਰਮ ਦੇ ਵਿੱਚ ਕੁਰਬਾਨੀ ਦਿੱਤੀ ਜਾਂਦੀ ਆ ਧਰਮ ਦੇ ਵਿੱਚ ਅਸਤੀਫੇ ਨਹੀਂ ਦਿੱਤੇ ਜਾਂਦੇ ਜੀ ਧਰਮ ਦੀ ਸੇਵਾ ਅਸਤੀਫੇ ਦੇ ਕਰਨੀ ਨਿਭਾਈ ਜਾਂਦੀ ਤੁਸੀਂ ਤਾਂ ਕੀਤਾ ਹੀ ਕੁਛ ਨਹੀਂ ਧਰਮ ਨੂੰ ਐਨਾ 헤ਠਾ ਲਿਆਤਾ ਧਰਮ ਨੂੰ ਤੁਸੀਂ ਇੱਕ ਰਾਜਨੀਤੀ ਦੀ ਦੁਕਾਨ ਬਣਾ ਕੇ ਰੱਖਤਾ ਇੱਕ ਪਰਿਵਾਰ ਦਾ ਸੰਦ ਬਣਾ ਕੇ ਰੱਖਤਾ ਉਹਨੇ ਕਿਹਾ ਬਹਿ ਜਾ ਬਹਿ ਗਿਆ ਉਹਨੂੰ ਮਾਫ ਕਰ ਦੇ ਉਹਨੂੰ ਮਾਫ ਕਰਤਾ ਮਾਫੀ ਰੱਦ ਕਰਤੇ ਮਾਫੀ ਰੱਦ ਕਰਤੀ ਸਰਨੇ ਨੂੰ 11 ਵਾਰ ਬਲਾਰਾ ਬੁਲਾਤਾ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਛੇਕਦੇ ਛੇਕਤਾ ਉਹਨਾਂ ਨੂੰ ਵੀ ਕਦੇ ਬੁਲਾ ਕੇ ਪੁੱਛ ਲੈਂਦਾ ਵੀ ਤੁਹਾਡੇ ਰਾਜ ਵਿੱਚ ਉਹਨਾਂ ਨੂੰ ਵੀ ਬੁਲਾ ਕੇ ਉਹਨਾਂ ਨੂੰ ਵੀ ਬੁਲਾ ਕੇ ਪੁੱਛ ਲੈਂਦਾ ਵੀ ਤੁਹਾਡੇ ਰਾਜ ਵਿੱਚ 10 ਸਾਲ ਦੇ ਰਾਜ ਵਿੱਚ ਸੈਂਕੜੇ ਬਾਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਇੰਨੀਆਂ ਬੇਅਦਬੀਆਂ ਹੋ ਗਈਆਂ ਕੋਈ ਜਵਾਬ ਹੈਗਾ ਸਿੱਧੇ ਤੌਰ ਤੇ ਨਾ ਸਹੀ ਸਿੱਧੇ ਤੌਰ ਤੇ ਜਾ ਕੇ ਮਾਫੀ ਮੰਗ ਲੈਂਦੇ ਕਿ ਹਾਂ اخਲਾਕੀ ਤੌਰ ਤੇ ਮੈਂ ਜ਼ਿੰਮੇਵਾਰ ਹਾਂ ਕਿਹੜੀ ਕਿਹੜੀ ਪਦਵੀ ਤੋਂ ਅਸਤੀਫਾ ਦੇ ਰਿਹਾ ਇਹ ਤਾਂ ਉਹ ਹੋ ਗਈ ਗੱਲ ਕਿ ਆ ਕਿ ਮਿੱਤਰਾਂ ਦੀ ਡੁੱਲ ਗਈ ਗਾ ਦਾਲ ਤਿਆਰ ਤਾਂ ਐਂ ਖਾਂਦੇ ਨੇ ਤਾਂ ਬੇਸ਼ਰਮੀ ਵਾਲੀ ਹਾਲਤ ਹੈਗੀ ਆ ਹੁਣ ਉਹਨਾਂ ਨੇ ਕਹਤਾ ਛੱਡ ਦੇ ਤੇ ਛੱਡ ਦੇ ਉਹ ਵੀ ਐਡੀ ਸਟਰੈਟਜੀ ਵਿੱਚ ਦਿੱਤਾ ਹੁਣ ਅੰਤਰੀਮ ਕਮੇਟੀ ਭੰਗ ਹੋ ਗਈ ਆ ਐਸਜੀਪੀਸੀ ਦੀ ਤੇ ਨਵੰਬਰ ਵਿੱਚ ਜਾ ਕੇ ਅੰਤਰੀਮ ਕਮੇਟੀ ਬਣਨੀ ਆ ਉਦੋਂ ਤੱਕ ਨਵਾਂ ਜਥੇਦਾਰ ਅਪਾਇੰਟ ਨਹੀਂ ਕਰ ਸਕਦੇ ਉਦੋਂ ਤੱਕ ਇਹ ਬੈਠਾ ਹੈਗਾ ਜੀ ਯਾਨੀ ਕਿ ਸਾਰਾ ਯੋਜਨਾਬੱਧ ਤਰੀਕੇ ਨਾਲ ਹੋ ਰਿਹਾ ਹੈ ਸਭ ਕੁਝ ਯੋਜਨਾਬੱਧ ਤਰੀਕੇ ਨਾਲ ਹੀ ਹੋ ਰਿਹਾ ਜਿਵੇਂ ਯੋਜਨਾਬੱਧ ਤਰੀਕੇ ਨਾਲ ਸੌਦੇ ਸਾਧ ਨੂੰ ਮaaf ਕੀਤਾ ਸੀ ਉਵੇਂ ਯੋਜਨਾਬੱਧ ਤਰੀਕੇ ਨਾਲ ਇਹ ਜਿਹੜਾ ਤੁਹਾਡਾ ਹੁਣ ਨਵਾਂ ਸਾਧ ਅਸਤੀਫਾ ਦੇ ਕੇ ਗਿਆ ਇਹ ਜਿਹੜਾ ਸਾਦਾ ਤੋਂ ਘੱਟ ਹੈਗਾ ਜਦੋਂ ਉਹਨੂੰ ਮਾਫੀ ਨਾਮ ਦੇ ਨੂੰ ਹੁਕਮ ਹੁਕਮ ਨਾਮੇ ਵਿੱਚ ਬਦਲ ਕੇ ਇੱਕ ਤਰ੍ਹਾਂ ਉਹਨੂੰ ਇੱਕ ਸਾਈਡ ਕਰ ਦਿੱਤਾ ਗਿਆ ਸੀਗਾ ਸੱਚਾ ਸੌਦਾ ਜਿਹੜੇ ਮੁਖੀ ਸੀਗੇ ਰਾਮ ਰਹੀਮ ਨੋ ਉਸੇ ਵੇਲੇ ਵੀ ਇਹਨੂੰ ਕੁਝ ਨਾ ਕੁਝ ਇਸ ਤਰ੍ਹਾਂ ਦਾ ਕਰਨਾ ਚਾਹੀਦਾ ਸੀ ਜਿਆਦਾ ਸਾਹਮਣੇ ਆ ਕੇ ਕਹਿਣਾ ਚਾਹੀਦਾ ਸੀਗਾ ਕਿ ਜਿਹੜਾ ਬੰਦਾ ਸਿੱਖੀ ਨਹੀਂ ਹੈਗਾ ਉਹ ਅਕਾਲ ਤਖਤ ਸਾਹਿਬ ਤੇ ਕਿਵੇਂ ਪੇਸ਼ ਹੋ ਸਕਦਾ ਹੈ ਸਰ ਜੀ ਫੇਰ ਉਹ ਪੇਸ਼ ਨਹੀਂ ਹੋ ਰਿਹਾ ਕੱਲਾ ਲੈਟਰ ਆ ਰਿਹਾ ਹੈ ਗੱਲ ਇਹ ਨਹੀਂ ਹੈਗੀ ਕਿ ਸਿੱਖ ਅਕਾਲ ਤਖਤ ਸਾਹਿਬ ਤੇ ਪੇਸ਼ ਹੁੰਦਾ ਜਾਂ ਨਹੀਂ ਹੁੰਦਾ ਗੱਲ ਇਹ ਆ ਕਿ اخਲਾਕੀ ਤੌਰ ਤੇ ਇਹਨੂੰ ਉਦੋਂ ਹੀ ਅਸਤੀਫਾ ਦੇਣਾ ਬਣਦਾ ਸੀ ਜਦੋਂ ਬਰਗਾੜੀ ਦੇ ਵਿੱਚ ਬਾਈਬਲ ਕਲਾ ਵਿੱਚ ਗੋਲੀकांड ਹੋਇਆ ਸੀ ਕਿਉਂਕਿ ਇਹਨੇ ਮਾਫੀ ਦਿੱਤੀ ਸੰਗਤ ਦਾ ਰੋਸ ਜਾਗ ਗਿਆ ਗੋਲੀ ਚੱਲੀ ਪਰਸ ਨੇ ਮਾਰਿਆ ਪਲਾਨਿੰਗ ਦੇ ਤਰੀਕੇ ਨਾਲ ਦੋ ਸ਼ਹੀਦ ਹੋਏ ਕਿਹਦਾ ਕੰਮ ਸੀ ਸਾਰਾ ਅਕਾਲ ਤਖਤ ਦੇ ਜਥੇਦਾਰ ਦੇ ਕੀਤੇ ਹੋਏ ਸੀ ਇਹ ਉਦੋਂ ਦਿਨ ਦਾ ਅਸਤੀਫਾ ਉਦੋਂ ਅਸਤੀਫਾ ਬਣਦਾ ਸੀ ਉਦੋਂ ਤਾਂ ਬੈਠਾ ਰਿਆ ਠੀਕ ਹੈ ਨਾ ਹੁਣੇ 3 ਮਹੀਨੇ ਕਿੱਥੇ ਸੀ ਅਮਰੀਕਾ ਵਿੱਚ ਲੁਕੇ ਆ ਰਿਹਾ ਜਦੋਂ ਸਾਰਾ ਤਾਣ ਚੱਲ ਰਿਹਾ ਸੀਗਾ ਹੁਣ ਆ ਇਹਨੂੰ ਪੁੱਛੋ ਕਿ ਇਹ ਤੋਂ ਬਾਅਦ ਕੀ ਕਰੂਗਾ ਇਸ ਤੋਂ ਬਾਅਦ ਇਹਨੇ ਫੌਰਨ ਹਿੰਦੁਸਤਾਨ ਛੱਡ ਦੇਣਾ ਕੈਨੇਡਾ ਜਾ ਕੇ ਲੁਕੇ ਰਹੂਗਾ ਕਿਤੇ ਸੰਗਤ ਨੂੰ ਫੇਸ ਕਿਵੇਂ ਕਰੂਗਾ ਇੰਨੀਆਂ ਗਲਤੀਆਂ ਕਰਕੇ ਤੁਸੀਂ ਆਪਣੇ ਆਪ ਨੂੰ ਫੇਸ ਨਹੀਂ ਕਰ ਸਕਦੇ ਸੰਗਤ ਨੂੰ ਕਿੱਥੇ ਫੇਸ ਕਰ ਲੋਗੇ ਕਰਨ ਜੀ ਸਮਝੋ ਜੀ ਹੋ ਸਕਦਾ ਵਾਕਈ ਹੀ ਉਹਨਾਂ ਦੀ ਸਿਹਤ ਠੀਕ ਨਾ ਰਹਿੰਦੀ ਹੋਵੇ ਆਪਾਂ ਕਿਹ ਐਸ ਲਗਾ ਰਹੇ ਹਾਂ ਹੋ ਸਕਦਾ ਵਾਕਈ ਹੀ ਉਹਨਾਂ ਦੀ ਸਿਹਤ ਠੀਕ ਨਾ ਰਹਿੰਦੀ ਨਹੀਂ ਸਿਹਤ ਲਾਉਣ ਲਈ ਜਥੇਦਾਰ ਦੀ ਜਿਹੜੀ ਪਦਵੀ ਹੈਗੀ ਆ ਮਾਫੀ ਚਾਹੁੰਨਾ ਉੱਥੇ ਡੰਡ ਤਾਂ ਨਹੀਂ ਲਾਉਣੇ ਹੁੰਦੇ ਬੈਠ ਕੇ ਜੀ ਦਿਮਾਗ ਤੋਂ ਹੀ ਕੰਮ ਲੈਣਾ ਪੰਜ ਨਿਤਨੇਮ ਦੀਆਂ ਬਾਣੀਆਂ ਧਰਮ ਪ੍ਰਚਾਰ ਕਰਨਾ ਧਰਮ ਦੀ عقਈਦਤ ਦੇਖਣੀ ਆ ਗਲਤ ਫੈਸਲੇ ਤਾਂ ਅੱਜ ਤੋਂ 10 ਸਾਲ ਪਹਿਲਾਂ ਦਾ ਬੈਠਾ ਲੱਗ ਗਲਤ ਲੈ ਰਿਆ ਹੋਰੇ ਕੀ ਕਹਿ ਰਿਆ ਮੈਨੂੰ ਤੋਂ ਜਸਟੀਫਿਕੇਸ਼ਨ ਨਹੀਂ ਹੋਣੀ ਜਸਟੀਫਿਕੇਸ਼ਨ ਤਾਂ ਪਹਿਲਾਂ ਜਦੋਂ ਸੇਵ ਥਿੰਕ ਸੀ ਉਦੋਂ ਨੇ ਦਿੱਤੀ ਗਈ ਇਹ ਤੇ ਤੂੰ ਅੱਜ ਜਸਟੀਫਿਕੇਸ਼ਨ ਕਿਹੜੀ ਦੇ ਦੂਗਾ ਜੀ ਸਮਝੋ ਤੁਸੀਂ ਖੁਦ ਵੀ ਸਿੱਖ ਧਰਮ ਨਾਲ ਰਿਲੇਟਡ ਹੋ ਤੇ ਸਿੱਖ ਧਰਮ ਦੇ ਉੱਪਰ ਥੋੜੀ ਸਰਚ ਵੀ ਕਾਫੀ ਹੈ ਤੁਹਾਨੂੰ ਇੱਕ ਕੁਐਸਚਨ ਹੋਰ ਪੁੱਛਣਾ ਚਾਹਾਂਗਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੇ ਐਸਜੀਪੀਸੀ ਇਹਨਾਂ ਦਾ ਦੋ ਆਪਸ ਵਿੱਚ ਕੀ ਸੰਬੰਧ ਹੈ ਤੇ ਨਾਲ ਹੀ ਕੱਲ ਮੈਂ ਬਿਆਨ ਸੁਣ ਰਿਹਾ ਸੀਗਾ ਜੋ ਪ੍ਰਧਾਨ ਲੰਗੋਵਾਲ ਸਾਹਿਬ ਨੇ ਉਹ ਕਹਿ ਰਹੇ ਮੈਂ ਕਿ ਅਸਤੀਫਾ ਦਿੱਤਾ ਹੀ ਹੈ ਹਜੇ ਸੀ ਕਿਹੜਾ ਮਨਜ਼ੂਰ ਕਰਿਆ ਕਿ ਉਹ ਮਨਜ਼ੂਰ ਕਰਨਗੇ ਉਹਨਾਂ ਜਿਹੜੇ ਗੁਰਦੁਆਰਾ ਐਕਟ ਹੈਗਾ ਉਹਦੇ ਵਿੱਚ ਐਸਜੀਪੀਸੀ ਸਾਰੀ ਮਤਲਬ ਮੈਨੇਜਮੈਂਟ ਦੇਖਦੀ ਹੈਗੀ ਆ ਪੰਜਾਬ ਦੇ ਗੁਰਦੁਆਰਿਆਂ ਦੀ ਤੇ ਉਹਦੇ ਵਿੱਚ ਹੀ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਹੈਗੀ ਆ ਉਹਨਾਂ ਦੀ ਤਨਖਾਹਾਂ ਆ ਰਹਿਾਇਜ਼ ਦਾ ਪ੍ਰਬੰਧ ਸਾਰਾ ਐਸਜੀਪੀਸੀ ਦੇ ਪ੍ਰਧਾਨ ਨੇ ਕਰਨਾ ਹੁੰਦਾ ਇਹ ਵੀ ਇੱਕ ਬੜਾ ਵੱਡਾ ਸਵਾਲ ਆ ਕਿ ਸਾਡੀ ਸਿਰਮੌਰ ਸੀਟ ਜਥੇਦਾਰ ਅਕਾਲ ਤਖਤ ਤੇ ਉਹਨੂੰ ਇੱਕ ਪੋਲਿਟਿਕਸ ਚੋਂ ਆਇਆ ਬੰਦਾ ਚੁਣਦਾ ਹੈ ਕਿਉਂਕਿ ਜਿਹੜੀ ਜਥੇਦਾਰ ਦੀ ਨਿਯੁਕਤੀ ਹੋਣੀ ਚਾਹੀਦੀ ਹੈ ਚੋਣ ਨਿਯੁਕਤੀ ਨਹੀਂ ਚੋਣ ਹੋਣੀ ਚਾਹੀਦੀ ਹੈ ਜੀ ਚੋਣ ਹੋਣੀ ਚਾਹੀਦੀ ਕਿਉਂਕਿ ਧਰਮ ਦੇ ਗੁਰੂ ਉਹ ਨੇ ਜਿਨ੍ਹਾਂ ਨੇ ਰਾਹ ਦਿਖਾਉਣਾ ਹੁੰਦਾ ਬਟ ਇੱਥੇ ਧਰਮ ਦੇ ਗੁਰੂ ਨੂੰ ਤਾਂ ਇੱਕ ਸਮਾਗਮ मतलब उदे ले लेहंदा जांदा ते ओ भी जेडे एससीपीसी ਦੇ ਮੈਂਬਰ ਨੇ ਜਿਹੜੇ ਪੋਲਿਟਿਕਸ ਦੇ ਵਿੱਚ ਜੁੜੇ ਹੋਏ ਨੇ ਜਿਹੜੇ ਇੱਕ ਪਾਰਟੀ ਨਾਲ ਜੁੜੇ ਹੋਏ ਨੇ ਹੁਣ ਸਿੱਖ ਤਾਂ ਕਾਂਗਰਸ ਵਿੱਚ ਵੀ ਹੋਣੇ ਨੇ ਆਮ ਆਦਮੀ ਪਾਰਟੀ ਵਿੱਚ ਵੀ ਹੋਣੇ ਨੇ ਕਾਮਰੇਡਾਂ ਵਾਲੀ ਪਾਰਟੀ ਵਿੱਚ ਵੀ ਨੇ ਅਕਾਲੀ ਦਲ ਦੇ ਅੱਠ ਮੈਂਬਰ ਪਾਰਟੀ ਆਪਣੀ ਹੋਈਆਂ ਉਹਨਾਂ 'ਚ ਵੀ ਸਿੱਖ ਨੇ ਤੇ ਸਿਰਫ ਕੱਲੀ ਅਕਾਲੀ ਦਲ ਹੀ ਰਹਿ ਗਈ ਸਿੱਖਾਂ ਦੀ ਪਾਰਟੀ ਬਾਕੀ ਦੇ ਵਿੱਚ ਜੋ ਸਿੱਖ ਹੈਗੇ ਨੇ ਸਿੱਖ ਤਾਂ ਹੁਣ ਸੰਗ ਵਿੱਚ ਵੀ ਚਲੇਗੇ ਜੀ ਪਰ ਜਿਹੜਾ ਜਥੇਦਾਰ ਅਕਾਲ ਤਖਤ ਸਾਹਿਬ ਦੀ ਗੱਦੀ ਦੀ ਨਿਯੁਕਤੀ ਆ ਨਾ ਜੀ ਉਹ ਇਹ ਗਲਤ ਹੈਗਾ ਇਹਦੇ ਲਈ ਵਾਕਈ ਕੋਈ ਬਹੁਤ ਵੱਡਾ ਫੇਰ ਬਦਲ ਕਰਨਾ ਚਾਹੀਦਾ ਕਿ ਉਹਦੇ ਨਿਯੁਕਤੀ ਇਸ ਤਰ੍ਹਾਂ ਰਾਜਨੀਤਿਕ ਲੋਕਾਂ ਵੱਲੋਂ ਨਹੀਂ ਹੋਣੀ ਚਾਹੀਦੀ ਕੋਈ ਬਹੁਤ ਵੱਡਾ ਪੈਨਲ ਹੋਣਾ ਚਾਹੀਦਾ ਜਿਹੜਾ ਚੁਣੇ ਤੇ ਜਿਹੜਾ ਬੰਦਾ ਇਹੋ ਜਿਹਾ ਲਿਆਓ ਕਿ ਜਿਹੜਾ ਸਾਨੂੰ ਸੇਧ ਦੇ ਸਕੇ ਧਰਮ ਦੇ ਉੱਪਰ ਪਹਿਰਾ ਦੇ ਸਕੇ ਆਪਾਂ ਕਹਿ ਦਿੰਨੇ ਆ ਕਿ ਕਾਲੀ ਫੂਲਾ ਸਿੰਘ ਮਤਲਬ ਬਾਬਾ ਆਪਣੇ ਮਹਾਰਾਜ ਰਣਜੀਤ ਸਿੰਘ ਦੇ ਕੋੜੇ ਮਾਰੇ ਸੀਗੇ ਦੇਖੋ ਰਾਜੇ ਦਾ اخلاق ਵੀ ਬਹੁਤ ਵੱਡਾ ਸੀ ਤੇ ਗੱਡੀ ਤੇ ਬੈਠੇ ਬੰਦੇ ਦਾ اخلاق ਵੀ ਬਹੁਤ ਵੱਡਾ ਸੀ ਅੱਜ اخلاق ਵਾਲੇ ਉਹ ਜਿਹੇ ਲੋਕ ਉਹ ਜਿਹੜੀਆਂ ਉਹਨਾਂ ਦੀਆਂ ਬਣਦੀਆਂ ਡਿਊਟੀਆਂ ਸੀ ਅੱਜ ਦੇ ਸਮੇਂ ਦੀ ਗੱਲ ਕਰੀਏ ਉਹ ਬਿਲਕੁਲ ਬਾਖੋਪੀ ਨਿਵਾਰੇ ਸੀਗੇ ਬਿਲਕੁਲ ਜਦੋਂ ਆਪਣੇ ਕੰਮਕਾਰ ਵਿੱਚ ਅਸੀਂ ਥੋੜੇ ਵੀ ਜਿਹੀ ਕਟਾਈ ਵਰਤਦੇ ਹਾਂ ਤਾਂ ਇਹ ਜਿਹੇ ਜਿਹੜੀਆਂ ਗੱਲਾਂ ਨੇ ਸਾਹਮਣੇ ਆਉਂਦੀਆਂ ਨੇ ਤੁਸੀਂ ਅੱਜ ਤੱਕ ਸੁਣਿਆ ਵੀ ਜਥੇਦਾਰ ਆਕਾਲ ਤੱਕ ਸਾਫ ਦੇ ਉੱਪਰ ਕਦੇ ਵਿਧਾਨ ਸਭਾ ਦੇ ਵਿੱਚ ਬਹਿਸ ਹੋਈ ਹੋਵੇ ਤੇ ਇੱਕ ਐਮ ਐਲ اے ਉਹਨਾਂ ਦਾ ਇਲਾਕੇ ਤੋਂ ਉੱਠ ਕੇ ਬੋਲ ਰਿਹਾ ਕਿ ਇਹ ਅੱਜ ਤੋਂ ਅ ਮਤਲਬ 40 ਸਾਲ ਪਹਿਲਾਂ ਬੰਦਾ ਦਾਤਣਾ ਵੇਚਦਾ ਸੀ ਕੜੇ ਵੇਚਦਾ ਸੀ ਗੁਰਦੁਆਰਾ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਬੈਠ ਕੇ ਤੇ ਅੱਜ ਇਹਦੇ 3 ਸਟਾਰ 5 ਸਟਾਰ ਹੋਟਲ ਨੇ ਮੈਨੂੰ ਦੱਸੋ ਵੀ 40 ਸਾਲ ਦੇ ਵਿੱਚ ਇਹ じゃ ਕੀ ਕਰ ਲਿਆ ਕਿ ਕਰੋੜਾਂ ਰੁਪਏ ਆ ਗਿਆ ਉਹ ਤਾਂ ਧਰਮ ਦਾ ਕੰਮ ਕਰ ਰਿਹਾ ਧਰਮ ਦੇ ਕੰਮ ਦੇ ਵਿੱਚ ਕਮਾਈ ਦੇ ਕੀ ਮਤਲਬ ਹੈ ਜਿਹੜੇ ਜਿਹੜੀ ਸਾਨੂੰ ਉਸ ਅਕਾਲ ਪੁਰਖ ਨੇ ਡਿਊਟੀ ਬਖਸ਼ੀ ਹੈ ਅਸੀਂ ਉਹ ਸਹੀ ਨਹੀਂ ਨੇ ਭਾਈ ਤਾਂ ਹੀ ਆਪਾਂ ਅੱਜ ਡਿਸਕਸ਼ਨ ਦੇ ਵਿੱਚ ਇਹ ਜੀ ਗੱਲ ਵੀ ਕਹਿ ਰਹੇ ਕਿ 206 ਕਾ ਕੇ 900 ਜੀ 900 200 ਨਹੀਂ ਤੁਸੀਂ 700 ਕੋਲੇ ਰੱਖ ਗਏ ਆ ਉਹਦੇ 900 ਹੀ ਕਹਿ ਰਿਹਾ ਸਰ ਮੈਂ ਸੋ ਇਹ ਸਾਨੂੰ ਕਹਿੰਦੇ ਮਜਬੂਰ ਕਰ ਦਿੱਤਾ ਇਹਨਾਂ ਦੇ ਕੰਮਾਂ ਨੇ ਜੇ ਅਸੀਂ ਗੱਲ ਕਰਦੇ ਹਾਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਜਦੋਂ ਗੱਲ ਹੁੰਦੀ ਹੈ ਹਮੇਸ਼ਾ ਹੀ ਬਾਹਰੋਂ ਸਾਰੇ ਕਹਿੰਦੇ ਨੇ ਧਰਮ ਤੇ ਰਾਜਨੀਤੀ ਅਲੱਗ ਹੋਣੀ ਚਾਹੀਦੀ ਹੈ ਤੇ ਉਸੇ ਵੇਲੇ ਹੀ ਸਾਰੇ ਲੋਕ ਕਹਿੰਦੇ ਨੇ ਮੇਰੀ ਪੀਰੀ ਦਸੰਦਾਰ ਮੇਰਾ ਜੇ ਜੇ ਮੇਰੀ ਇਹ ਥੋੜਾ ਜਿਹਾ ਕੁਐਸਚਨ ਹੈਗਾ ਜਦੋਂ ਇਸ ਬਾਰੇ ਮੈਂ ਥੋੜੀ ਜੀ ਸਰਚ ਕੀਤੀ ਜਾਂ ਜਿਹੜੇ ਸਿੱਖ ਸ਼ਕਤ ਦੇ ਵਿੱਚ ਇਹਨਾਂ ਚੀਜ਼ਾਂ ਬਾਰੇ ਜਾਣਕਾਰੀ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਕਿ ਪਹਿਲੀ ਗੱਲ ਤੇ ਹੈ ਕਿ ਆਪਾਂ ਸਾਰੇ ਜਣੇ ਸਮੋਦਨੀ ਗੱਲ ਕਰਦੇ ਆਂ ਪੀਰੀ ਮੀਰੀ ਆ ਮੀਰੀ ਪੀਰੀ ਨਹੀਂ ਹੈ ਦੂਸਰੀ ਗੱਲ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਹਰਮੰਦਰ ਸਾਹਿਬ ਦੇ ਦਰਸ਼ਨ ਹੁੰਦੇ ਨੇ ਲੇਕਿਨ ਹਰਮੰਦਰ ਸਾਹਿਬ ਦੇ ਅੰਦਰੋਂ ਅਕਾਲ ਤਖਤ ਸਾਹਿਬ ਦੇ ਦਰਸ਼ਨ ਨਹੀਂ ਹੁੰਦੇ ਹੈਗੇ ਜਿਹੜਾ ਪੀਰੀ ਦਾ ਬਾਦ ਚੰਨ ਲੱਗੇ ਹੋਏ ਦੋ ਨਿਸ਼ਾਨ ਸਾਹਿਬ ਲੱਗੇ ਹੋਏ ਨੇ ਉਹ ਉੱਚਾ ਤੇ ਜਿਹੜਾ ਮੀਰੀ ਦਾ ਉਹ ਨਹੀਂ ਵਾਇ ਜਾਨੀ ਕਿ ਧਰਮ ਨੂੰ ਹਮੇਸ਼ਾ ਅੱਗੇ ਰੱਖ ਕੇ ਹੀ ਰਾਜਨੀਤੀ ਹੋਣੀ ਚਾਹੀਦੀ ਹੈ ਲੇਕਿਨ ਇਹਨਾਂ ਸਾਰੀਆਂ ਗੱਲਾਂ ਵਿੱਚ ਕੁਝ ਵੀ ਸਾਰਾ ਕੁਝ ਜਿਹੜਾ ਉਲਟ ਲੱਗ ਰਿਹਾ ਹੈ ਤੁਸੀਂ ਕੀ ਕਹਿਣਾ ਚਾਹੋਗੇ ਜਦੋਂ ਤੁਸੀਂ ਧਰਮ ਨੂੰ ਆਪਣਾ ਹਥਿਆਰ ਬਣਾ ਕੇ ਸਿਰਫ ਆਪਣੇ ਮੁਫਾਦ ਲਈ ਜੀ ਕੰਮ ਕਰੋ ਤੇ ਸਾਰਾ ਕੁਝ ਹੋਏਗਾ ਫਿਰ ਜੀ ਜਦੋਂ ਮੈਨੂੰ ਇਹੀ ਜਦੋਂ ਰਾਜੇ ਅਸ਼ੋਕ ਨੇ ਸੋਚ ਹੀ ਲਿਆ ਕਿ ਮੈਂ ਗੱਦੀ ਤੇ ਬੈਠਣਾ ਮੇਰੇ ਰਾਹ ਦੇ ਵਿੱਚ ਆਉਣ ਵਾਲੇ ਸਾਰੇ 9 10 11 ਭਰਾਵਾਂ ਨੂੰ ਮਾਰ ਦੂੰਗਾ ਚਾਹੇ ਉਹ ਗੋਦੀ ਚੱਕੇ ਹੋਏ ਸੀ ਫਿਰ ਕੁਝ ਨਹੀਂ ਹੋ ਸਕਦਾ ਜਦੋਂ ਔਰੰਗਜ਼ੇਬ ਨੇ ਸੋਚ ਹੀ ਲਿਆ ਕਿ ਗੱਦੀ ਤੇ ਬੈਠਣ ਲਈ ਮੈਂ ਆਪਣੇ ਬਾਪ ਨੂੰ ਆਪਣੇ ਭਰਾਵਾਂ ਨੂੰ ਮਾਰ ਦੂੰਗਾ ਫਿਰ ਧਰਮ ਕਿੱਥੇ ਰਹਿ ਗਿਆ ਗੱਦੀ ਤੇ ਬੈਠ ਕੇ ਤੁਸੀਂ ਜੋ ਮਰਜ਼ੀ ਡਰਾਮੇ ਕਰਦੇ ਰਹੋ ਔਰੰਗਜ਼ੇਬ ਵੀ ਕਰਦਾ ਰਿਹਾ ਕਿ ਮੈਂ ਪੰਜ ਵਕਤ ਦਾ ਨਮਾਜ਼ੀ ਹਾਂ ਮੈਂ ਭੁੰਜੇ ਸੌਂਦਾ ਮੈਂ ਮਖਮਲਾ ਦਾ ਨਹੀਂ ਸੌਂਦਾ ਮੈਂ ਇਹ ਨਹੀਂ ਕਰਦਾ ਮਤਲਬ ਮੈਂ ਬਹੁਤ ਵੱਡਾ ਇਸਲਾਮੀ ਹਾਂ ਇਹ ਹੀ ਕੰਮ ਉਹ ਕਰਦਾ ਰਿਹਾ ਵੀ ਮੈਂ ਬੁੱਧ ਦਾ ਅਨੁਆਈ ਹਾਂ ਕਰਮ ਜਨਮ ਲੈਣ ਤੋਂ ਬਾਅਦ ਮੌਤ ਤੱਕ ਜਿੰਨੇ ਵੀ ਕੀਤੇ ਨੇ ਉਹ ਤੁਹਾਡੇ ਨਾਲ ਨੇ ਜੇ 40 ਸਾਲ ਤੋਂ ਬਾਅਦ ਜਾ ਕੇ ਤੁਸੀਂ ਬਹੁਤ ਧਾਰਮਿਕ ਹੋ ਗਏ ਇਹਦਾ ਮਤਲਬ ਇਹ ਨਹੀਂ ਕਿ ਜਿਹੜੇ 40 ਸਾਲ ਪਹਿਲਾਂ ਤੁਸੀਂ ਕੋਈ ਕਰਮ ਕੀਤੇ ਹੋਏ ਨੇ ਉਹ ਖਤਮ ਹੋ ਜਾਣਗੇ ਉਹ ਖਤਮ ਨਹੀਂ ਹੁੰਦੇ ਅੱਜ ਜੇ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਬਿਕਰਮ ਸਿੰਘ ਜੀ ਸਿੰਘ ਮਜੀਠੀਆ ਅਕਾਲ ਤਖਤ ਸਾਹਿਬ ਦੇ ਉੱਪਰ ਜਾ ਕੇ ਐਨੀਓ ਗੱਲ ਕਰ ਲੈਂਦੇ ਨੇ ਕਿ ਸਾਡੀ ਸਰਕਾਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਨੇ ਅਸੀਂ اخਲਾਕੀ ਤੌਰ ਤੇ ਉਹਦੀ ਮਾਫੀ ਮੰਗਦੇ ਆ ਮੈਂ ਦੋਸ਼ੀ ਨਹੀਂ ਕਰ ਰਿਹਾ ਜੀ 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 ਮੈਂ ਤਾਂ ਬਿਲਕੁਲ ਬਿਲਕੁਲ ਇਹ اخلاق ਦੀ ਗੱਲ ਕਰ ਰਿਹਾ ਇੱਕ ਲੱਖ ਰਾਜੇ ਦਾ ਸਭ ਤੋਂ ਵੱਡਾ اخلاق ਹੁੰਦਾ ਔਰ ਉਸ ਰਾਜੇ ਦਾ ਜਿਹਦੀ ਪਾਰਟੀ ਬਣੀ ਪੰਥ ਦੀ ਸੇਵਾ ਲਈ ਆ ਉਸ ਰਾਜੇ ਦਾ ਜਿਸ ਦੇ ਇਸ਼ਾਰੇ ਤੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਨਿਯੁਕਤ ਹੁੰਦਾ ਉਸ ਰਾਜੇ ਦਾ ਜਿਸ ਦੀ ਜਿਸ ਦੇ ਭੇਜੇ ਹੋ ਲਫਾਫੇ ਵਿੱਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਪ੍ਰਗਟ ਹੋ ਜਾਂਦਾ ਹੈਗਾ ਉਹ ਇੰਨਾ ਕੁ ਤਾਂ ਜਵਾਬਦੇਹ ਬਣਨਾ ਚਾਹੀਦਾ ਸੀ ਜੇ ਤੈਨੂੰ ਗੁਰੂ ਸਾਹਿਬ ਨੇ ਇੰਨਾ ਕੁਛ ਬਖਸ਼ਿਆ ਤੇ ਤੁਸੀਂ ਅੱਖ ਵੀ ਨਹੀਂ ਦੇ ਵੀ ਕਰ ਸਕਦੇ ਆਪ ਦੀ ਉਹਦੇ ਨਾਲ ਵੀ ਤੁਹਾਨੂੰ ਹਿੰਨਤ ਹੁੰਦੀ ਆ ਤੁਸੀਂ ਦਰਬਾਰ ਸਾਹਿਬ ਦੇ ਵਿੱਚ ਐਂਟਰ ਹੁੰਨੇ ਹੋ ਮਹਾਰਾਜ ਦੇ ਤਾਬਿਆਂ ਤੇ ਬੈਠਾ ਪਾਠੀ ਤੁਹਾਡੇ ਲਈ ਖੜਾ ਹੋ ਜਾਂਦਾ ਤੁਸੀਂ ਇੰਨਾ ਡਰਪਾਤਾ ਜੇ ਇੰਨਾ ਵੱਡਾ ਕਿਰਦਾਰ ਬਾਦਲ ਸਾਹਿਬ ਦਾ ਜਾਂ ਇੱਕ ਪਰਿਵਾਰ ਜਿਹੜਾ ਤੁਸੀਂ ਕਹਿੰਦੇ ਹੋ ਬਾਦਲ ਸਾਹਿਬ ਦਾ ਪਰਿਵਾਰ ਹੀ ਹੈ ਉਹ ਕਲੀਅਰ ਹੈ ਸਾਰ ਨੂੰ ਜੇ ਅਸੀਂ ਗੱਲ ਕਰਦੇ ਜੇ ਇੰਨਾ ਵੱਡਾ ਉਹਨਾਂ ਦਾ ਹੈਗਾ ਰਤਬਾ ਤੇ ਉਹ ਖੁਦ ਤਾਂ ਨਹੀਂ ਆਏ ਲੇਕਿਨ ਕੁਝ ਦਿਨ ਪਹਿਲਾਂ ਜਿਹੜੇ ਟਕਸਾਲੀ ਅਕਾਲੀ ਸੀਗੇ ਉਹ ਹਰਿਮੰਦਰ ਸਾਹਿਬ ਵਿੱਚ ਜਾ ਕੇ ਮਾਫੀ ਮੰਗਦੇ ਨੇ ਉਹ ਕੀ ਸਾਰਾ ਪ੍ਰਸੰਗ ਸੀਗਾ ਦੇਖੋ ਅਕਾਲੀ ਦਲ ਬਾਦਲ ਇਸ ਵੇਲੇ ਖੇਰੂ ਖੇਰੂ ਤਾਂ ਨਹੀਂ ਹੋਇਆ ਪਰ ਅੰਦਰੋਂ ਹਾਲਾਤ ਤਾਸ ਤੇ ਪੱਤਿਆਂ ਵਾਲੇ ਲੱਗਦੇ ਨੇ ਕਿ ਇੱਕ ਹਲਕੇ ਜੀ ਫੂਕ ਵੱਜਣ ਦੀ ਦੇਰੀ ਆ ਤੇ ਉਹ ਉੜ ਜਾਣਗੇ ਪੱਤੇ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ اخلاق ਦੇ ਤੌਰ ਤੇ ਉਹਨੇ ਵੀ ਉਹਨੇ ਵੀ ਸਿਹਤ ਦੀ ਉਹ ਗੱਲ ਕੀਤੀ ਪਰ ਗੱਲ ਹੋਈ ਸੀ ਕਿ ਜੋ ਅੰਦਰ ਜਵਾਲਾ ਉਸ ਤੋਂ ਪਹਿਲਾਂ ਹੀ ਸਟੇਜ ਤੇ ਵੀ ਦਿਖਾਈ ਦਿੱਤਾ ਹਾਂ ਨਿਕਲ ਗਏ ਨਹੀਂ ਉਹ ਕਾਂਗਰਸ ਨਾਲ ਤਾਂ ਉਹ 올림픽 ਐਸੋਸੀਏਸ਼ਨ ਦਾ ਪੰਜਾਬ ਦਾ ਪ੍ਰੈਜ਼ੀਡੈਂਟ ਆ ਤਾਂ ਕਰਕੇ ਖੜਾ ਸੀ ਉਹ ਉਹ ਕੋਈ ਅਕਾਲੀ ਦੰਦ ਦੇ ਲੀਡਰ ਦੀ ਤਸਵੀਰ ਤਾਂ ਦਿਖਦੀ ਲੋਕਾਂ ਦਾ ਤਾਂ ਦੇਖੋ ਜੀ ਲੋਕਾਂ ਦੀ ਮੈਂ ਕਸੂਰ ਨਹੀਂ ਮੰਨਦਾ ਮੈਨੂੰ ਦੁੱਖ ਹੁੰਦਾ ਕਿ ਸਾਡੇ মিডিਆ ਕਰਮੇ ਬਿਨਾਂ ਸੋਚੇ ਸਮਝੇ ਬਿਨਾਂ ਰਿਸਰਚ ਤੋਂ ਦੱਬੀ ਜਾਂਦੇ ਨੇ ਬਿਲਕੁਲ ਸਹੀ ਗੱਲ ਹੈ ਜੀ ਮਤਲਬ ਉਹ ਹੁਣ ਗੱਲ ਆ ਕਿ ਅਗਰ ਚਲੋ ਭਗਵੰਤ ਮਾਨ ਦੀ ਫੇਰ ਗੱਲ ਕਰਾਂਗੇ ਜੀ ਰਣਜੀਤ ਸਿੰਘ ਬਰਮਪੁਰਾ ਸੇਵਾ ਸਿੰਘ ਸੇਖਵਾ ਵਡਾਲਾ ਉਹ ਗਏ ਨੇ ਹਰਮੰਦਰ ਸਾਹਿਬ ਉਹਨਾਂ ਨੇ ਦਰਸ਼ਨ ਕੀਤੇ ਆਪਣੇ ਉਹ ਭੁੱਲਾਂ ਬਖਸ਼ਾਈਆਂ ਮਤਲਬ ਇਹਦਾ ਮਤਲਬ ਕਿ ਅਸਿੱਧੇ ਤੌਰ ਤੇ ਤਾਂ ਉਹ ਮੰਨ ਗਏ ਨੇ ਕਿ ਉਹਨਾਂ ਦੀ ਸਰਕਾਰ ਦੇ ਵਿੱਚ ਭੁੱਲਾਂ ਹੋਈਆਂ ਨੇ ਹੁਣ ਰਾਜਾ ਮੰਨੇ ਨਾ ਮੰਨੇ ਜਦੋਂ ਵਜ਼ੀਰ ਮੰਨ ਗਏ ਜਦੋਂ ਸੈਨਾਪਤੀ ਮੰਨ ਗਏ ਕਿ ਗਲਤੀਆਂ ਹੋਈਆਂ ਨੇ ਤੇ ਗੱਲ ਤਾਂ ਸਾਫ਼ ਹੋ ਗਈ ਕਿਤੇ ਨਾ ਕਿਤੇ ਜਾ ਕੇ ਦੇਖੋ ਉਹ ਪ੍ਰਵਾਦਮਾ ਸੱਚੇ ਪਾਤਸ਼ਾਹ ਦਾ ਰਾਹ ਜਿਹੜਾ ਬਖਸ਼ਿਆ ਹੋਇਆ ਠੀਕ ਆ ਨਾ ਗੁਰੂ ਨਾਨਕ ਸਾਹਿਬ ਨੇ ਜਿਸ ਤਰ੍ਹਾਂ ਦਾ ਪੰਥ ਬਣਾਇਆ ਸਰਬੱਤ ਦੇ ਭਲੇ ਲਈ ਉਹ ਕੰਮ ਨਹੀਂ ਹੋ ਰਿਹਾ ਸਿਰਫ ਪਰਿਵਾਰ ਦਾ ਭਲਾ ਹੋ ਰਿਹਾ ਪਰਿਵਾਰ ਦੇ ਭਲੇ ਦੀ ਤੁਸੀਂ ਗੱਲ ਕਰ ਰਹੇ ਹੋ ਪਰਿਵਾਰ ਦੇ ਭਲੇ ਲਈ ਹੀ ਬਾਈਬਲ ਕਲਾ ਵਿੱਚ ਸਿੱਧੀਆਂ ਹੁੰਦੀਆਂ ਨੇ ਜੀ ਬਾਈਬਲ ਕਲਾਂ ਦੀਆਂ ਸ਼ਹੀਦੀਆਂ ਨੇ ਅਜਿਹਾ ਪਰੇਸ਼ਰ ਕ੍ਰੀਏਟ ਕਰ ਦਿੱਤਾ ਜੀ ਪੂਰੇ ਮਤਲਬ ਪੰਜਾਬ ਦੀ ਪੋਲਿਟਿਕਸ ਵਿੱਚ ਕਿ ਅੱਜ ਉਹ ਦੇਖ ਲਓ ਤੁਸੀਂ 700 ਦਿਨ ਹੋ ਗਿਆ ਉਹਨਾਂ ਨੂੰ ਬਰਗਾੜੀ ਇਨਸਾਫ ਮੋਰਚੇ ਨੂੰ ਚੱਲਦੇ ਜਥੇਦਾਰ ਧਿਆਨ ਸਿੰਘ ਮੰਡ ਬਲਜੀਤ ਸਿੰਘ ਦਾਦੂ ਵਾਲ ਬੈਠੇ ਨੇ ਹਾਲਾਂਕਿ ਉਸ ਨੂੰ ਜਿਹੜਾ ਰੋਜ਼ ਧਰਨਾ ਹੈਗਾ ਉਹਨੂੰ ਉਹਦਾ ਰਾਜਨੀਤਿਕਕਰਨ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਆ ਉਹਨੂੰ ਰੈਡਿਕਲਾਂ ਦੇ ਨਾਲ ਜੋੜ ਕੇ ਦਿਖਾਇਆ ਜਾ ਰਿਹਾ ਉਹਨੂੰ ਆਈਐਸਆਈ ਦੇ ਨਾਲ ਜੋੜ ਕੇ ਦਿਖਾਇਆ ਜਾ ਰਿਹਾ ਬਾਦਲ ਸਾਹਿਬ ਪੂਰਾ ਜ਼ੋਰ ਲਾ ਰਹੇ ਨੇ ਇੱਥੋਂ ਤੱਕ ਕਿ ਉਹ ਆਪਣੇ ਭਾਈਵਾਲ ਕੇਂਦਰ ਦੀ ਪੂਰੀ ਹੈਲਪ ਲੈ ਰਹੇ ਨੇ ਰਾਜਨਾਥ ਸਿੰਘ ਦੇ ਬਿਆਨ ਆਉਂਦੇ ਨੇ ਠੀਕ ਹੈ ਨਾ ਬੀਬੀ ਹਰਸਿਮਰਤ कौर ਬਾਦਲ ਉਹ ਤਾਂ ਹੈ ਹੀ ਇਹਨਾਂ ਦੇ ਪਰਿਵਾਰ ਦੀ ਸਦੱਸ ਲੇਕਿਨ ਕੇਂਦਰੀ ਮੰਤਰੀ ਮੰਡਲ ਦੇ ਜਾਨੀ ਕਿ ਜੇਕਰ ਕੇਂਦਰ ਜ਼ੋਰ ਲੱਗ ਰਿਹਾ ਜੇਕਰ ਕੇਂਦਰ ਦੇ ਨਾਲ ਇਹਨਾਂ ਦੀ ਕੈਲੀਬ੍ਰੇਸ਼ਨ ਨਾਲ ਕੇਂਦਰ ਨਾਲ ਵੀ ਹੋਰ ਮੈਨੂੰ ਦੱਸੋ ਜਿਹੜਾ ਇਹ ਜਰਮਨ ਸਿੰਘ ਫੜਿਆ ਤੁਸੀਂ ਜੀ ਤੁਸੀਂ ਮੈਨੂੰ ਥੋੜਾ ਜਿਹਾ ਐਨਾਲਿਸਿਸ ਕਰੋ ਉਹ ਕਹਿੰਦੇ ਜੀ ਉਹਨੇ ਬਾਦਲ ਸਾਹਿਬ ਦੇ ਉੱਪਰ ਹਮਲਾ ਕਰਨਾ ਸੀ ਪਹਿਲੀ ਗੱਲ ਤਾਂ ਕਿ ਬਾਦਲ ਸਾਹਿਬ ਕੋਲੇ Z+ ਸਿਕਿਉਰਿਟੀ ਆ ਉਹ ਲੋਕ ਕੁਝ ਹੱਕ ਵੀ ਨਹੀਂ ਸਕਦਾ ਉਹਨਾਂ ਦਾ ਠੀਕ ਹੈ ਨਾ ਔਰ ਆਪਾਂ ਇਸ ਚੀਜ਼ ਦੇ ਹੱਕ 'ਚ ਵੀ ਨਹੀਂ ਵੀ ਉਹਨਾਂ ਦਾ ਕੋਈ ਅਸਰ ਨਹੀਂ ਰੋਸ ਕਰਨਾ ਜੋ ਮਤਲਬ ਰੋਸ ਕਰੋ ਬਟ ਕਿਸੇ ਉੱਤੇ ਹਮਲਾ ਕਰਨ ਦੀ ਮੈਂ ਜਿਹੜੀ ਉਹ ਉਹਨਾਂ ਦੀਆਂ ਕਾਰਾਂ ਉੱਪਰ ਵੀ ਜਿਹੜੇ ਬੱਟੇ ਮਾਰੇਗੇ ਆਪਾਂ ਉਹਦਾ ਵਿਰੋਧ ਕਰਦੇ ਆ 7 ਤਰੀਕ ਨੂੰ ਰੈਲੀ ਸੀ ਜੀ 12 ਤਰੀਕ ਨੂੰ ਬੰਦਾ ਫੜਿਆ ਜਾਂਦਾ ਅਖੇ ਜੀ ਇਹਨੇ ਬਾਦਲ ਸਾਹਿਬ ਤੇ ਹਮਲਾ ਕਰਨਾ ਸੀ 5 ਦਿਨ ਤਾਂ ਰੈਲੀ ਲੰਗੀ ਨੂੰ ਵੀ ਹੋਗੀ ਹੂੰ ਤੁਸੀਂ ਕੀ ਸਾਬਤ ਕਰਨਾ ਚਾਹੁੰਦੇ ਹੋ ਹਿੰਦੂ ਸਿੱਖ ਏਕਤਾ ਦੀ ਸਟੇਕ ਤੇ ਲੱਗੀ ਕਿਹੜੀ ਹਿੰਦੂ ਸਿੱਖ ਏਕਤਾ ਸਟੇਕ ਤੇ ਲੱਗੀ ਚੰਗੇ ਭਲੇ ਆ ਸਾਰੇ ਇੱਕ ਦੂਜੇ ਦੇ ਨਾਲ ਮਿਲ ਬੈਠ ਕੇ ਰੋਟੀਆਂ ਖਾ ਰਹੇ ਨੇ ਪਿਆਰ ਵੰਡ ਰਹੇ ਨੇ ਕੌਣ ਕਹਿ ਰਿਹਾ ਆ ਹੁਣ ਜਨ ਸੰਗ ਦੇ ਅੱਜ ਦੁਸ਼ਹਿਰੇ ਉੱਤੇ ਪੂਰਾ ਇੱਕ ਮਾਰਚ ਪ੍ਰੇਡ ਹੋਈ ਸੀ ਉਹਦੇ ਵਿੱਚ ਜਿੰਨੇ ਕ ਹਿੰਦੂ ਸੀਗੇ ਉਹਨੇ ਸਿੱਖ ਭਰਾ ਵੀ ਸੀਗੇ ਕਿੱਥੋਂ ਲੱਗੀ ਸਿਰਫ ਆਪਣੇ ਰਾਜਨੀਤੀ ਲਈ ਹਿੰਦੂ ਸਿੱਖਾਂ ਵਿੱਚ ਪਾੜ ਪਾਓ ਇੱਕ ਡਰਦਾ ਮਾਹੌਲ ਬਣਾਓ ਇਹ ਕਦੇ ਤਾਂ ਤੁਸੀਂ ਪਾਕਿਸਤਾਨ ਦੀ ਆਈਐਸਸੀ ਦਾ ਡਰ ਲੈਂਦੇ ਹੋ ਕਦੇ ਤੁਸੀਂ ਕਹਿੰਦੇ ਹੋ ਖਾਲਸਤਾਨ ਉੱਭਰਿਆ ਇਹ ਗੱਲਾਂ ਨਾ ਛੋਟੀ ਰਾਜਨੀਤੀ ਆ ਲੋਕ ਬੜੇ ਅੱਗੇ ਆ ਗਏ ਨੇ ਹਿਊਮਨ ਰਾਈਟਸ ਦੇ ਉੱਪਰ ਅਦਾਲਤਾਂ ਬਹੁਤ ਸਖਤ ਹੋ ਗਈਆਂ ਨੇ ਹੁਣ ਪਹਿਲਾਂ ਵਾਲੇ ਹਾਲਾਤ ਨਹੀਂ ਰਹੇ ਕਿ ਜਿਹੜਾ ਪੋਸਟ 84 ਦੇ ਵਿੱਚ ਜਿਵੇਂ ਕੇਪੀਐਸਕਿਲ ਦੇ ਟਾਈਮ ਦੇ ਵਿੱਚ ਰਵੇਰੋ ਦੇ ਟਾਈਮ ਦੇ ਵਿੱਚ ਹੋ ਗਿਆ ਉਹ ਇਸ ਵੇਲੇ ਨਹੀਂ ਹੋ ਸਕਦਾ ਸਰਕਾਰ ਜਿਸ ਜਦੋਂ ਤੱਕ ਬੰਦਾ ਸਹੀ ਨਹੀਂ ਹੈਗਾ ਅਜਿਹਾ ਵਕਈ ਅਤਵਾਦੀ ਹੈਗਾ ਤਾਂ ਕਾਨੂੰਨ ਨੂੰ ਆਪਣਾ ਕੰਮ ਕਰਨ ਦੋ ਜੇ ਉਹ ਗਲਤ ਨੇ ਜੇ ਉਹ ਗਲਤ ਨੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਪਰ ਕਿਉਂ ਬੋਹ ਕਿਉਂ ਆ ਰਹੀ ਆ ਸਾਜ਼ਿਸ਼ ਦੀ ਬੋਲ ਨਹੀਂ ਹੋਣੀ ਚਾਹੀਦੀ ਜੀ ਸਾਜ਼ਿਸ਼ ਦੀ ਬੋਹ ਨਹੀਂ ਆਣੀ ਚਾਹੀਦੀ ਖੈਰ ਇਹ ਵੀ ਰਾਜਨੀਤਿਕ ਗੱਲਾਂ ਨੇ ਆਪਾਂ ਦੁਬਾਰਾ ਮੂੜ ਦੁਬਾਰਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਗੱਲ ਕਰਦੇ ਆ ਮੇਰੀ ਪੀੜ੍ਹੀ ਦੀ ਗੱਲ ਕਰ ਰਹੇ ਸੀ ਨਾਲ ਪੋਲਿਟਿਕਸ ਦੀ ਗੱਲ ਹੋਏਗੀ ਹੋ ਗਈ ਬਹੁਤ ਵਧੀਆ ਡਿਸਪਲਿਨ ਹੋਇਆ ਸਾਰਾ ਕੁਝ ਕਲੀਅਰ ਕਰ ਦਿੱਤਾ ਤੁਸੀਂ ਸਮਝ ਜੀ ਲੇਕਿਨ ਮੈਂ ਗੱਲ ਉੱਥੀ ਆ ਰ ਹੁਣ ਅਸੀਂ ਗੱਲ ਕਰਦੇ ਹਾਂ ਜਥੇਦਾਰ ਸਾਹਿਬ ਦੇ ਜਥੇਦਾਰ ਸਾਹਿਬ ਨੇ ਅਸਤੀਫਾ ਦੇ ਦਿੱਤਾ ਤੇ ਐਸਜੀਪੀਸੀ ਕਹਿੰਦੀ ਆ ਸੀਐਸਟੀ ਮੀਟਿੰਗ ਕਰਕੇ ਇਸ ਤੇ ਵਿਚਾਰ ਕਰਾਂਗੇ ਤੁਹਾਨੂੰ ਕੀ ਲੱਗਦਾ ਹੈ ਅਸਤੀਫਾ ਮਨਜ਼ੂਰ ਕੀਤਾ ਜਾਏਗਾ ਅਗਰ ਮਨ ਅਸਤੀਫਾ ਮਨਜ਼ੂਰ ਹੁੰਦਾ ਤਾਂ ਉਸ ਤੋਂ ਬਾਅਦ ਇਹੀ ਜਿਹੜਾ ਕਿਹੜਾ ਚਿਹਰਾ ਹੈਗਾ ਜਿਹੜਾ ਉਸ ਥਾਂ ਦੇ ਉੱਪਰ ਆ ਕੇ ਕਾਬਿਸ਼ ਹੋ ਸਕੇ ਕਿਰਨ ਜੀ ਤੁਹਾਡਾ ਸਵਾਲ ਬੜਾ ਵਧੀਆ ਹੈਗਾ ਅਸਤੀਫਾ ਇਹ ਮਨਜ਼ੂਰ ਨਹੀਂ ਕਰ ਸਕਦਾ ਜੀ ਗੋਬਿੰਦ ਸਿੰਘ ਲੋਂਗਵਾਲ ਐਨਟਾਈਟਲ ਨਹੀਂ ਹੈਗਾ ਉਹ ਜਥੇਦਾਰ ਅਕਾਲ ਤਖਤ ਦਾ ਨਹੀਂ ਉਹਨਾਂ ਦੇ ਕੱਲਿਆਂ ਨੇ ਨਹੀਂ ਕਿਹਾ ਉਹਨਾਂ ਨੇ ਕਿ ਅਸੀਂ ਇੱਕ ਬੈਠਿੰਗ ਕਰਾਂਗੇ ਸਰ ਜਦੋਂ ਅੰਤ੍ਰ임 ਕਮੇਟੀ ਉਹ ਜਿਹੜੀ ਭੰਗ ਹੋ ਗਈ ਐ ਐਸਜੀਪੀਸੀ ਦੀ ਉਹ ਨਵੀਂ ਬਣਨੀ ਐ ਨਵੰਬਰ ਦੇ ਵਿੱਚ ਚਾ ਜੀ ਉਹ ਨਵੀਂ ਬਣੂਗੀ ਉਹੀ ਫੈਸਲਾ ਲਾਉਗੀ ਅਸਤੀਫਾ ਪ੍ਰਵਾਨ ਕਰ ਦਿੱਤਾ ਸਾਹਿਬ ਹੈਗੇ ਨੇ ਉਹ ਹੈਗੇ ਬੈਠੇ ਨੇ ਜਨਾਬ ਠੀਕ ਹੈ ਨਾ ਉਹ ਨਵੀਂ ਬਣੂਗੀ ਹਲੇ ਤਾਂ ਇਹ ਨਹੀਂ ਪਤਾ ਗੋਬਿੰਦ ਸਿੰਘ ਲੋਂਗਵਾਲ ਨੂੰ ਕਿ ਉਹ ਉਸ ਤੋਂ ਬਾਅਦ ਹੈਗਾ ਜਾਂ ਨਹੀਂ ਹੈਗਾ ਜੀ ਇਹ ਵੀ ਚਰਚਾ ਚੱਲ ਰਹੀ ਐ ਹੋ ਸਕਦਾ ਕਹਿੰਦੇ ਮੱਕੜ ਸਾਹਿਬ ਨੂੰ ਦੁਬਾਰੇ ਲਿਆ ਹੁਣ ਬੀਬੀ ਜ਼ਗੀਰ ਕੌਰ ਸਾਹਿਬ ਦੇ ਵੀ ਲਾਇਆ ਸਾਹਿਬਾਂ ਦੇ ਵੀ ਲਾਟਰੀ ਖੁੱਲ੍ਹ ਸਕਦੀ ਹੈਗੀ ਜਾਂ ਕੁਝ ਵੀ ਹੋ ਸਕਦਾ ਕਿਉਂਕਿ ਜਿੰਨੇ ਵੀ ਪਤਤ ਸਿੱਖ ਨੇ ਜਾਂ ਜਿਨ੍ਹਾਂ ਨੂੰ ਵੀ ਤਨਖਾਹ ਲੱਗੀ ਹੋਈ ਆ ਉਹ ਸਾਰਿਆਂ ਨੂੰ ਹੀ ਬਾਦਲ ਸਾਹਿਬ ਨਵਾਜ ਰਹੇ ਨੇ ਹੁਣ ਉਧਰ ਅਵਤਾਰ ਸਿੰਘ ਹਿੱਤ ਨੂੰ ਵੀ ਤਾਂ ਨਵਾਜਿਆ ਉਹ ਵੀ ਤਾਂ ਪੰਚ ਤੋਂ ਠਿੱਕਿਆ ਹੋਇਆ ਜਿਵੇਂ ਹਰ ਕਾਲ ਤੱਕ ਤੋਂ ਲੋ ਗੋਬਿੰਦ ਸਿੰਘ ਲੰਗੋਆੜ ਵੀ ਤਾਂ ਡੇਰੇ ਸੱਚੇ ਸੌਦੇ ਜਾ ਕੇ ਆਇਆ ਸੀਗਾ ਉਹਨੂੰ ਦੇ ਦਿੱਤੀ ਹੁਣ ਦੇਖੋ ਕੋਈ ਹੋਰ ਇਸ ਤਰ੍ਹਾਂ ਦਾ ਲੈ ਆਉਣਗੇ ਯਾਨੀ ਇਹ ਤਾਂ ਜਿਹੜੇ ਰਾਜਨੀਤਿਕ ਹੋਰ ਪਾਰਟੀ ਦੇ ਵਿੱਚ ਕਿਆਸ ਲੱਗਦੇ ਨੇ ਕਿ ਲਿਫਾਫਾ ਤਾਂ ਬਾਦਲ ਸਾਹਿਬ ਦਾ ਹੀ ਲਫਾਫਾ ਬਾਦਲ ਸਾਹਿਬ ਦਾ ਹੋਏਗਾ ਲੇਕਿਨ ਜਿਹੜੀ ਅਕਾਲ ਪੁਰਖ ਦੀ ਨਜ਼ਰ ਹੈਗੀ ਆ ਉਹ ਕਿੰਨੀ ਸਵਾਲੀ ਹੁੰਦੀ ਆ ਇਹ ਉਹ ਹੀ ਜਾਣਦੇ ਉਹ ਹੀ ਜਾਣਦੇ ਨੇ ਤੇ ਹਲੇ ਯਾਨੀ ਕਿ ਸਿਰਫ ਅਸਤੀਫਾ ਪੁੰਚਿਆ ਮਨਜ਼ੂਰ ਹੋਣ ਦੀ ਉਮੀਦ ਲੱਗਦੀ ਤੇ ਨਹੀਂ ਮਨਜ਼ੂਰ ਤਾਂ ਹੋ ਜਾਏਗਾ ਉਹ ਤਾਂ ਪਤਾ ਹੀ ਸੀ ਆਪਾਂ ਨੂੰ ਕਿਉਂਕਿ ਪ੍ਰੈਸ਼ਰ ਕ੍ਰੀਏਟ ਪੂਰਾ ਸੀਨ ਦੇਖੋ ਸਕ੍ਰਿਪਟ ਲੇਖੀ ਗਈ ਆ ਫਿਰ ਉਹਦਾ ਸਕ੍ਰੀਨ ਪਲੇ ਲਿਖਿਆ ਗਿਆ ਫਿਰ ਉਹਦੇ ਡਾਇਲੌਗਸ ਲਿਖੇ ਗਏ ਨੇ ਠੀਕ ਆ ਹੁਣ ਸ਼ੂਟਿੰਗ ਚੱਲ ਰਹੀ ਆ ਸ਼ੂਟਿੰਗ ਚੱਲ ਰਹੀ ਆ ਨਵੰਬਰ ਦੇ ਵਿੱਚ ਫਿਲਮ ਰਿਲੀਜ਼ ਹੋਏਗੀ ਫਿਰ ਦੇਖਾਂਗੇ ਆਪਾਂ ਹੀਰੋ ਨਵਾਂ ਕੌਣ ਆਉਂਦਾ ਹੀਰੋ ਨਵਾਂ ਜਾਨ ਤੋਂ ਪਹਿਲੇ ਇੱਕ ਗੱਲ ਹੋਰ ਤੁਹਾਨੂੰ ਪੁੱਛਣੀ ਚਾਹਾਂਗਾ ਸਭ ਤੋਂ ਲਾਸਟ ਕੁਐਸਚਨ ਜਥੇਦਾਰ ਸਾਹਿਬ ਨੇ ਆਪਣਾ ਜੋ ਫਰਜ਼ ਸਮਝਦੇ ਸੀਗੇ ਉਹਨਾਂ ਨੇ ਅਸਤੀਫਾ ਲਿਖ ਕੇ ਤੇ ਦਿੱਤਾ ਸਰ ਫਰਜ਼ ਨੇ ਮਜਬੂਰੀ ਚਲੋ ਮਜਬੂਰੀ ਕਹਿ ਸਕਦੇ ਆ ਤੁਹਾਡੇ ਸ਼ਬਦਾਂ ਦੇ ਮਜਬੂਰੀ ਕਿਉਂਕਿ ਉਹਨਾਂ ਨੇ ਤਾਂ ਇਹ ਕਿਹਾ ਕਿ ਮੇਰੇ ਜਿਹੜੀ ਵੱਧਦੀ ਉਮਰ ਹੈ ਸਿਹਤ ਨਹੀਂ ਉਹਨਾਂ ਲੋਅ ਕਰਦੀ ਇਸ ਲਈ ਮੈਂ ਨਹੀਂ 10 ਸਾਲ ਪਹਿਲਾਂ ਕਿੰਨੇ ਕੁ ਛੋਟੀ ਉਮਰ ਸੀ ਉਹਨਾਂ ਦੀ ਉਦੋਂ ਜਵਾਨ ਸੀਗੇ 10 ਸਾਲ ਚ ਬੁੱਢੇ ਹੋ ਗਏ ਉਦੋਂ ਵੀ ਤਾਂ ਉਹ ਪੋਸਟ ਰਿਟਾਇਰਮੈਂਟ ਤੇ ਘੁੰਮ ਰਹੇ ਸੀ ਜੀ 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 ਕਹ ਰਿਹਾ ਹੈ ਗੁਰਬਚਨ ਸਿੰਘ ਜੀ ਇਸ ਦਾ ਜ਼ਿਆਦਾ ਵਧੀਆ ਜਵਾਬ ਦੇ ਸਕਦੇ ਨੇ ਤੇ ਹੁਣ ਮੈਂ ਸੋਚ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਬਰਕਾਰੀ ਵਿੱਚ ਬੈਠੇ ਲੋਕ ਤਰਨਾ ਦੇ ਰਹੇ ਨੇ ਤੇ ਆਪਣੇ ਹੱਕ ਲਈ ਲੜ ਰਹੇ ਨੇ ਉਹਨਾਂ ਵੱਲ ਵੀ ਧਿਆਨ ਜਾਊਗਾ ਜਾਂ ਕਿ ਜਿਵੇਂ ਪੰਜਾਬ ਦੇ ਵਿੱਚ ਅਧਿਆਪਕਾਂ ਦਾ ਮਸਲਾ ਛੇੜ ਦਿੱਤਾ ਇਦਾਂ ਦੇ ਹੋਰ ਮਸਲੇ ਛੱਡ ਕੇ ਇਧਰ ਜਿੱਥੇ ਦਰ ਸਾਹਿਬ ਆਪਣਾ ਅਸਤੀਫਾ ਦੇ ਦਿੰਦੇ ਇਦਾਂ ਦੇ ਮਸਲੇ ਛੱਡ ਕੇ ਲੋਕਾਂ ਦਾ ਧਿਆਨ ਪੰਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੋਈ ਸਾਜ਼ਿਸ਼ ਲੱਗਦੀ ਹੈ ਚ ਕਿਰਨ ਜੀ ਬਰਗਾੜੇ ਇਨਸਾਫ ਮੋਰਚਾ ਦਾ ਜੋ ਦਿਨੋ ਦਿਨ ਪ੍ਰੈਸ਼ਰ ਬਣਦਾ ਜਾ ਰਿਹਾ ਜੀ ਉਸੇ ਪ੍ਰੈਸ਼ਰ ਦੀ ਲੜੀ ਵਿੱਚ ਸੁਖਦੇਵ ਸਿੰਘ ਟੀਨਸਾ ਦਾ ਅਸਤੀਫਾ ਆ ਜੀ ਉਸੇ ਪ੍ਰੈਸ਼ਰ ਦੀ ਲੜੀ ਵਿੱਚ ਜਿਹੜੇ ਟਕਸਾਲੀ ਆਗੂ ਨੇ ਮਾਝੇ ਦੇ ਜਰਨਲ ਉਹਨਾਂ ਦਾ ਸਾਰਾ ਤੇਵਰ ਦੇਖਣ ਨੂੰ ਮਿਲਦੇ ਨੇ ਜੀ ਉਸੇ ਪ੍ਰੈਸ਼ਰ ਦੇ ਜਵਾਬ ਦੇ ਵਿੱਚ ਇਹ ਜਥੇਦਾਰ ਅਕਾਲ ਤਖਤ ਦਾ ਅਸਤੀਫਾ ਆਇਆ ਔਰ ਉਹਦੇ ਪ੍ਰੈਸ਼ਰ ਵਿੱਚ ਹਲੇ ਹੋਰ ਬੜਾ ਕੁਝ ਹੋਏਗਾ ਠੀਕ ਹੈ ਨਾ ਕਿਉਂਕਿ ਅਕਾਲੀ ਦਲ ਬਾਦਲ ਨੂੰ ਇਸ ਵਾਲੇ ਲੋਕਣ ਦੀ ਥਾਂ ਨਹੀਂ ਮਿਲ ਰਹੀ ਸੁਖਬੀਰ ਸਿੰਘ ਬਾਦਲ ਤੇ ਵਿਕਰਮਜੀਤ ਸਿੰਘ ਮਜੀਠੀਆ ਮਾਜੇ ਵਿੱਚ ਸੰਤਾ ਦੇ ਸਮਾਗਮ ਤੇ ਗਏ ਸੀਗੇ ਰਾਤ ਨੂੰ 11 ਵਜੇ ਪਹੁੰਚੇ ਸੰਗਤ ਨੇ ਕੀ ਹਾਲ ਕੀਤਾ ਰਸੇ ਲਾ ਕੇ ਇਸ ਕਰਕੇ ਕੋਰੀਡੋਰ ਬਣਾ ਕੇ ਉਹਨਾਂ ਨੂੰ ਬਾਹਰ ਕੱਢਿਆ ਗਿਆ ਰੋਸ ਕਿੰਨਾ ਸੰਗਤ ਵਿੱਚ ਇਸ ਵੇਲੇ ਪਰ ਅਕਾਲੀਵਾਂ ਦੇ ਵੱਡੇ ਲੀਡਰ ਤੱਕ ਇਹ ਕਹਿ ਰਹੇ ਨੇ ਕਿ ਸੁਭੀਰ ਸਿੰਘ ਬਾਦਲ ਦੇ ਵਿਜੀਠਿਆ ਜੀ ਉੱਥੇ ਬੜੇ ਆਰਾਮ ਨਾਲ ਬੈਠ ਕੇ ਲੰਗਰ ਛੱਕ ਕੇ ਆਏ ਨੇ ਤੇ ਲੰਗਰ ਛੱਕ ਕੇ ਆਏ ਨੇ ਕਿਉਂਕਿ ਲੰਗਰ ਤਾਂ ਅੰਦਰ ਕਬਣ ਸੀ ਸਟੇਜ ਤੇ ਜਦੋਂ ਆਏ ਨੇ ਉਦੋਂ ਫਿਰ ਕੀ ਹੋਇਆ ਉਹ ਤਾਂ ਸਾਰਿਆਂ ਦੇ ਸਾਹਮਣੇ ਆ ਉਹ ਤਾਂ ਕੈਮਰਾ ਵੱਧਾ ਉਹ ਤਾਂ ਮੈਂ ਨਹੀਂ ਬਣਾ ਕੇ ਲਿਖਿਆ ਉਹ ਤਾਂ ਮੈਂ ਵੀ ਅਖਬਾਰਾਂ ਚ ਪੜਿਆ ਕੈਮਰੇ ਵਿੱਚ ਦੇਖਿਆ ਹੈਗਾ ਕਿਵੇਂ ਇਹਨਾਂ ਨੂੰ ਸਕਿਉਰਿਟੀ ਕੋਰੀਡੋਰ ਬਣਾ ਕੇ ਕੱਢਿਆ ਗਿਆ ਬਾਹਰ ਜੀ ਯਾਨੀ ਕਿ ਹੁਣ ਜਿਹੜਾ ਤੁਹਾਡੇ ਲਬਜ਼ ਜਿਹੜੇ ਸੀਗੇ ਉਹਨਾਂ ਦੇ ਮੁਤਾਬਿਕ ਜਥੇਦਾਰ ਸਾਹਿਬ ਨੂੰ ਬਾਕੀ ਦਾ ਸਮਾਂ ਕੈਨੇਡਾ ਚ ਚੁਗਿਆਰ ਸਕਦੇ ਨਹੀਂ ਹਾਂ ਅਮਰੀਕਾ ਵਿੱਚ ਚੱਲ ਜਾਣਗੇ ਬੱਦ ਤੋਂ ਬੱਦ ਜੀ ਲੁੱਕੇ ਹੀ گزارਣਗੇ ਸੋ ਸਰਦਾਰ ਗਰਮਿੰਦਰ ਸਿੰਘ ਸਾਮਾ ਜੀ ਨੇ ਬੜੇ ਸਪਸ਼ਟ ਸ਼ਬਦਾਂ ਵਿੱਚ ਦੱਸ ਦਿੱਤਾ ਕਿ ਇਹ ਸਾਰਾ ਯੋਜਨਾਬੱਧ ਸੀਗਾ ਕਿਸ ਤਰੀਕੇ ਨਾਲ ਅਸਤੀਫਾ ਜਾਂਦਾ ਅਸਤੀਫਾ ਮਨਜ਼ੂਰ ਹੋ ਜਾਏਗਾ ਲੈਕਿਨ ਸਮਾਂ ਲੱਗੇਗਾ ਨਵੰਬਰ ਤੱਕ ਤਾਂ ਜਿਹੜੀ ਉਹ ਕਮੇਟੀ ਹੈਗੀ ਹੈ ਉਸੇ ਦੇ ਸਾਰਾ ਜਿਹੜੀ ਪ੍ਰਕਿਰਿਆ ਚੱਲ ਰਹੀ ਹੈਗੀ ਹੈ ਤੇ ਲੰਗਵਾਲ ਸਾਹਿਬ ਉਸ ਵੇਲੇ ਪ੍ਰਦਾਨ ਹੋਣਗੇ ਨਹੀਂ ਹੋਣਗੇ ਇਹ ਵੀ ਚਰਚਾ ਦਾ ਵਿਸ਼ਾ ਹਾਲਾਂਕਿ ਚੱਲ ਰਿਹਾ ਹੈਗਾ ਤੇ ਨਾਲ ਹੀ ਇਹ ਵੀ ਕਲੀਅਰ ਕਰ ਦਿੱਤਾ ਹੈ ਗੁਰਵਿੰਦਰ ਸਿੰਘ ਸਮਾਜ ਜੀ ਨੇ ਕਿ ਜਥੇਦਾਰ ਗੁਰਬਚਨ ਸਿੰਘ ਜੀ ਜੋ ਕਿ ਮੌਜੂਦਾ ਸਮਾ ਵਿੱਚ ਹੁਣ ਜਥੇਦਾਰ ਨੇ ਗੁਰਬਚਨ ਸਿੰਘ ਜੀ ਨੇ ਉਹ ਹੋ ਸਕਦਾ ਹੈ ਕਿ ਆਪਣਾ ਬਾਕੀ ਦਾ ਸਮਾਂ ਹਿੰਦੁਸਤਾਨ ਯਾਨੀ ਕਿ ਭਾਰਤ ਤੋਂ ਬਾਹਰ ਬਿਤਾ ਸਕਦੇ ਨੇ ਕੈਨੇਡਾ ਯਾ ਅਮਰੀਕਾ ਦੇ ਵਿੱਚ ਸੋ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਇਹ ਭਵਿੱਖ ਦੀ ਕੋਧ ਦੇ ਵਿੱਚ ਕੀ ਸੱਚਾਈ ਕੀ ਹੈ ਲੇਕਿਨ ਇਹ ਫਿਲਹਾਲ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਅਕਾਲ ਤਖਤ ਅੰਦਰ ਜੋ ਜਥੇਦਾਰ ਸਾਹਿਬ ਆਪਣੇ ਉੱਥੇ ਖੜ ਕੇ ਨਿਆਂ ਲਈ ਆਵਾਜ਼ ਬੁਲੰਦ ਕਰਦੇ ਸੀਗੇ ਉਹਨਾਂ ਦਾ ਅਸਤੀਫਾ ਕਮੇਟੀ ਤੱਕ ਪਹੁੰਚ ਚੁੱਕਾ ਹੈ ਤੇ ਕਮੇਟੀ ਬੈਠਕ ਬੁਲਾ ਕੇ ਉਸ ਜੋ ਪੰਨਨਾਂ ਲੈਣ ਦੀ ਗੱਲ ਕਰ ਰਹੀ ਹੈ ਇਹ ਨਿਰਣੈ ਕੀ ਹੋਏਗਾ ਹਾਲਾਂਕਿ ਪਬਲਿਕ ਸਭ ਕੁਝ ਸਮਝਦੀ ਹੈ ਪਰ ਜਦੋਂ ਹੋਏਗਾ ਸਭ ਦੇ ਸਾਹਮਣੇ ਆਏਗਾ ਕਿਹਾ ਇਹ ਹੀ ਜਾਂਦਾ ਕਿ ਬਾਦਲ ਸਾਹਿਬ ਜੋ ਹੁਕਮ ਭੇਜਦੇ ਨੇ ਜਾਂ ਇੱਕ ਪਰਿਵਾਰ ਜੋ ਹੁਕਮ ਭੇਜਦਾ ਹੈ ਉਹੀ ਹੁੰਦਾ ਹੈ ਇਹ ਹੁਕਮ ਕੀ ਹੋਏਗਾ ਇਹ ਵੀ ਦੇਖਣਾ ਹੋਏਗਾ ਹੁਣ ਮੈਨੂੰ ਕਿਰਨ ਵਸ਼ਿਸ਼ਣੂ ਤੇ ਸਰਦਾਰ ਗੁਰਮਿੰਦਰ ਸਿੰਘ ਸਾਮਤ ਜੋ ਗੀ ਪੀ 4 ਪੰਜਾਬ .com ਦੇ ਸੰਪਾਦਕ ਨੇ ਹੁਣ ਹੋਂਦੋ ਇਜਾਜ਼ਤ ਤੇ ਤੁਹਾਨੂੰ ਇੱਕ ਹੋਰ ਗੁਜਾਰਿਸ਼ ਕਿ ਪੀ 4 ਪੰਜਾਬ ਨੂੰ ਤੁਸੀਂ ਆਪਣੇ ਫੇਸਬੁੱਕ ਪੇਜ ਦੇ ਉੱਪਰ YouTube ਦੇ ਉੱਪਰ ਵੀ ਦੇਖ ਸਕਦੇ ਹੋ ਹੁਣ ਮੈਨੂੰ ਤੇ ਸਚਦਾ ਗੁਰਮਿੰਦਰ ਸਿੰਘ ਸਮਾਜਿੰਦੋ ਸੱਚਕਾ